ਅਸੀਂ ਸਰ ਨੂੰ ਮਿਲਣਾ ਸੀ ਜੀ, ਅਸੀਂ ਆਪਣੇ ਜੁਆਇਨਿੰਗ ਲੈਟਰ ਬਾਰੇ ਗੱਲ ਕਰਨੀ ਹੈ। ਸਾਡੀ ਭਰਤੀ ਨੂੰ ਕਾਫੀ ਟਾਈਮ ਹੋ ਗਿਆ, ਪ੍ਰੋਸੀਜਰ ਚੱਲੀ ਜਾਂਦੀ ਨੂੰ, ਪਰ ਸਾਨੂੰ ਹਾਲੇ ਤੱਕ ਜੁਆਇਨਿੰਗ ਲੈਟਰ ਨਹੀਂ ਮਿਲ ਰਹੇ, ਸਾਡੇ ਮੈਡੀਕਲ ਵੀ ਹੋ ਚੁੱਕੇ ਨੇ। ਅਤੇ ਇਹ ਕਹਿ ਸਰਕਾਰ ਨੇ ਕਿਹਾ ਹੋਊਗਾ, ਤੁਹਾਨੂੰ ਕੋਈ ਟਾਈਮ ਪੀਰੀਅਡ ਦਿੱਤਾ ਹੁਣ? ਦਸੰਬਰ ਮਤਲਬ ਕਹਿੰਦੇ ਹੁੰਦੇ ਵੀ ਨਵਾਂ ਸਾਲ ਚੜ੍ਹ ਤੋਂ ਇੱਕ ਸਾਲ ਵਿੱਚ ਭਰਤੀ ਕੰਪਲੀਟ ਕਰ ਦਾਂਗੇ, ਹੈ ਨਾ, ਅਤੇ ਉਦੋਂ ਪਹਿਲਾਂ ਵੀ ਜਦੋਂ ਮੈਡੀਕਲ ਹੋ ਗਏ ਤਾਂ ਤੁਹਾਨੂੰ ਦੇ ਦਾਂਗੇ ਸਾਰੇ ਜੁਆਇਨਿੰਗ ਕਰਵਾ ਦਾਂਗੇ। ਹੁਣ ਮਤਲਬ ਕਾਫੀ ਟਾਈਮ ਹੋ ਗਿਆ ਸਾਨੂੰ, ਅਸੀਂ ਲੇਟ ਹੀ ਕਰੀ ਜਾਂਦੇ। ਸਾਨੂੰ 2 ਮਹੀਨੇ ਹੋ ਗਏ ਜਾਂਦਿਆਂ ਨੂੰ, ਹਰੇਕ ਕਿਤੇ ਅਲੱਗ ਅਲੱਗ ਕਰਕੇ 4-4, 5-5 ਬੱਚੇ ਜਾ ਰਹੇ ਆ, ਜਿਹੜੇ ਜਿਹੜੇ ਨੇੜੇ ਡਿਸਟ੍ਰਿਕਟ ਦੇ ਜਿੱਥੇ ਜਿੱਥੇ CM ਆ ਰਹੇ ਉੱਥੇ ਉੱਥੇ ਸਾਰੇ ਬੱਚੇ ਜਾ ਰਹੇ ਆ, ਪਰ ਉੱਥੇ ਫੋਟੋ ਖਿੱਚ ਲੈਂਦੇ, ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਡੇਲੀ ਡੈਸਕ TV ਦੇ ਨਾਲ। ਗਿੱਦੜ ਬਾਬਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਹੈ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਾਉਣ ਲਈ, ਪਰ ਇੱਥੇ ਇੱਕ ਨੌਜਵਾਨ ਖੜ੍ਹੇ ਹੈ ਪੰਜਾਬ ਪੁਲਿਸ 'ਚ ਭਰਤੀ ਹੋਣ ਲਈ। ਇਹਨਾਂ ਦੀ ਦਿੱਤਾ ਗਿਆ ਸੀ ਅਤੇ ਇਹਨਾਂ ਨੂੰ ਕਿਹਾ ਗਿਆ ਸੀ ਵੀ ਤੁਹਾਨੂੰ ਜੁਆਇਨਿੰਗ ਲੈਟਰ ਦਿੰਦੇ ਹਾਂ, ਪਰ ਹਾਲੇ ਤੱਕ 8 ਮਹੀਨੇ ਬੀਤਣ ਤੋਂ ਬਾਅਦ ਵੀ ਇਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਨਹੀਂ ਗਏ। ਆਪਾਂ ਸਾਰੀ ਗੱਲਬਾਤ ਕਰਦੇ ਹਾਂ। ਕੀ ਨਾਂ ਗੁੜੀਆ ਤੁਹਾਡਾ? ਖੁਸ਼ਬੀਰ ਕੌਰ ਜੀ। ਅੱਜ ਤੁਸੀਂ ਇੱਥੇ ਕਿਵੇਂ ਇਕੱਠੇ ਹੋਏ ਹੋ? ਅਸੀਂ ਸਰ ਨੂੰ ਮਿਲਣਾ ਸੀ ਜੀ, ਅਸੀਂ ਆਪਣੇ ਜੁਆਇਨਿੰਗ ਲੈਟਰ ਬਾਰੇ ਗੱਲ ਕਰਨੀ ਹੈ। ਸਾਡੀ ਭਰਤੀ ਨੂੰ ਕਾਫੀ ਟਾਈਮ ਹੋ ਗਿਆ, ਪ੍ਰੋਸੀਜਰ ਚੱਲੀ ਜਾਂਦੀ ਨੂੰ, ਪਰ ਸਾਨੂੰ ਹਾਲੇ ਤੱਕ ਜੁਆਇਨਿੰਗ ਲੈਟਰ ਨਹੀਂ ਮਿਲ ਰਹੇ, ਸਾਡੇ ਮੈਡੀਕਲ ਵੀ ਹੋ ਚੁੱਕੇ ਨੇ। ਅੱਛਾ, ਬਸ ਅਸੀਂ ਉਹਦੇ ਰਿਲੇਟਡ ਹੀ ਆਏ ਹੈਗੇ। ਕਿੰਨੀ ਦੇਰ ਹੋ ਗਈ ਤੁਹਾਡੇ ਹੋਏ ਨੂੰ? 7-8 ਮੰਥ ਹੋ ਗਏ ਜੀ, ਸਾਡਾ ਮੈਡੀਕਲ ਵੀ ਕੰਪਲੀਟ ਹੋ ਗਿਆ। 12 ਮਾਰਚ ਨੂੰ ਸਾਡਾ ਰਿਜ਼ਲਟ ਆਇਆ ਸੀ ਫਾਈਨਲ, ਅਤੇ ਉਦੋਂ ਤੋਂ ਬਸ ਕਹਿੰਦੇ ਸੀਗੇ 15 ਅਗਸਤ ਨੂੰ ਦੇਵਾਂਗੇ, ਬਸ ਆਹ ਦਿਨ ਆ ਗਏ। ਹਾਂਜੀ ਸਾਨੂੰ। ਅਤੇ ਇਹ ਕਹਿ ਸਰਕਾਰ ਨੇ ਕਿਹਾ ਹੋਊਗਾ, ਤੁਹਾਨੂੰ ਕੋਈ ਟਾਈਮ ਪੀਰੀਅਡ ਦਿੱਤਾ ਹੁਣ? ਦਸੰਬਰ ਮਤਲਬ ਕਹਿੰਦੇ ਹੁੰਦੇ ਵੀ ਨਵਾਂ ਸਾਲ ਚੜ੍ਹ ਤੋਂ ਇੱਕ ਸਾਲ ਵਿੱਚ ਭਰਤੀ ਕੰਪਲੀਟ ਕਰ ਦਾਂਗੇ, ਹੈ ਨਾ, ਅਤੇ ਉਦੋਂ ਪਹਿਲਾਂ ਵੀ ਜਦੋਂ ਮੈਡੀਕਲ ਹੋ ਗਏ ਤਾਂ ਤੁਹਾਨੂੰ ਦੇ ਦਾਂਗੇ ਸਾਰੇ ਜੁਆਇਨਿੰਗ ਕਰਵਾ ਦਾਂਗੇ। ਹੁਣ ਮਤਲਬ ਕਾਫੀ ਟਾਈਮ ਹੋ ਗਿਆ ਸਾਨੂੰ, ਅਸੀਂ ਲੇਟ ਹੀ ਕਰੀ ਜਾਂਦੇ ਹੈਗੇ। ਪਹਿਲਾਂ ਮਿਲੇ ਹੋ ਕਦੇ? ਨਹੀਂ ਸਰ, ਮੈਂ ਤਾਂ ਨਹੀਂ ਪਹਿਲਾਂ ਮਿਲੀ। ਪਹਿਲਾਂ ਵੀ ਕਦੇ ਕੋਈ ਮੰਗ ਪੱਤਰ ਜਾਂ ਕੋਈ ਦਿੱਤਾ? ਨਹੀਂ, ਮੇਰੀ ਤਾਂ ਪਹਿਲੀ ਭਰਤੀ। ਨਹੀਂ, ਜੋ ਵੀ ਮਤਲਬ 8 ਮਹੀਨਿਆਂ ਦੇ ਵਿੱਚ ਤੁਸੀਂ ਕਦੇ? ਨਹੀਂ, ਸਾਰੇ ਬੱਚੇ ਕਹਿੰਦੇ ਜਿੱਥੇ ਜਿੱਥੇ ਵੀ ਸਰ ਜਾਂਦੇ ਉੱਥੇ ਬੱਚੇ ਜਾਂਦੇ ਹੀ ਆ ਜੀ, ਉੱਥੇ ਸਾਰੇ ਬੱਚੇ ਜਾਂਦੇ ਆ। ਸਾਨੂੰ 2 ਮਹੀਨੇ ਹੋ ਗਏ ਜਾਂਦਿਆਂ ਨੂੰ, ਹਰੇਕ ਕਿਤੇ ਅਲੱਗ ਅਲੱਗ ਕਰਕੇ 4-4, 5-5 ਬੱਚੇ ਜਾ ਰਹੇ ਆ, ਜਿਹੜੇ ਜਿਹੜੇ ਨੇੜੇ ਡਿਸਟ੍ਰਿਕਟ ਦੇ ਜਿੱਥੇ ਜਿੱਥੇ CM ਆ ਰਹੇ ਉੱਥੇ ਉੱਥੇ ਸਾਰੇ ਬੱਚੇ ਜਾ ਰਹੇ ਆ, ਪਰ ਉੱਥੇ ਫੋਟੋ ਖਿੱਚ ਲੈਂਦੇ, ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਲੇ। ਮਤਲਬ ਬਸ ਤੁਹਾਨੂੰ ਵਰਿਆ ਕੇ ਤੋਰ ਦਿੰਦੇ? ਹਾਂਜੀ। ਹੁਣ ਕੀ ਕਹਿ ਰਿਹਾ ਪ੍ਰਸ਼ਾਸਨ? ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਮੰਗ ਪੱਤਰ ਦਿਓ, ਹੁਣ ਅਸੀਂ ਮੰਗ ਪੱਤਰ ਦੇ ਦਿੰਦੇ, ਪਹੁੰਚਾਵਾਂਗੇ ਉਹਨਾਂ ਤੱਕ ਤੇ ਜਲਦੀ ਤੋਂ ਜਲਦੀ ਮਤਲਬ ਐਕਸ਼ਨ ਲਵਾਂਗੇ ਤੁਹਾਡੇ। ਤੁਸੀਂ ਪਹਿਲਾਂ ਕਿੰਨੇ ਵਾਰੀ ਮੰਗ ਪੱਤਰ ਜਿਹੜੇ ਤੁਹਾਡੇ ਇਲਾਕੇ 'ਚ 2 ਮਹੀਨੇ ਤੋਂ ਲਗਾਤਾਰ ਕਿੰਨੇ ਹੋ ਗਏ ਸਾਨੂੰ? ਹਾਂਜੀ, ਜਿਹੜੇ ਜਿਹੜੇ ਡਿਸਟ੍ਰਿਕਟ ਵਿੱਚ ਆਉਂਦੇ ਉੱਥੇ ਬੱਚੇ ਚਲੇ ਹੀ ਜਾਂਦੇ ਹੈਗੇ ਦੇਣ ਲਈ, ਮਿਲਣ ਲਈ ਉਹਨਾਂ ਨੂੰ, ਅਤੇ ਪਰ ਗੱਲ ਬਣਦੀ ਨਹੀਂ ਕੋਈ ਹੈਗੀ। ਕੀ ਲੱਗਦਾ ਕੀ ਕਾਰਨ ਇੰਨੀ ਦੇਰੀ ਕਿਉਂ ਹੁੰਦੀ ਹੈ? ਇਹ ਤਾਂ ਹੁਣ ਕੀ ਪਤਾ ਜੀ, ਪਰ ਸਾਨੂੰ ਤਾਂ ਹੀ ਆ, ਬਸ ਸਾਨੂੰ ਜਲਦੀ ਤੋਂ ਜਲਦੀ ਮਿਲ ਜੇ। ਕਾਫੀ ਧਰਤੀ ਹੈ ਪਰ 8 ਮਹੀਨੇ ਲੇਟ ਚੱਲ ਰਹੀ ਹੈ। ਹੁਣ ਨਵਾਂ ਸਾਲ ਵੀ, ਹੁਣ ਅਸੀਂ ਦੂਜੇ ਪੇਪਰ ਦੇਵਾਂਗੇ ਤਾਂ ਫਿਰ ਉੱਥੇ ਵੀ ਸੀਟਾਂ ਅਸੀਂ ਖਤਮ ਕਰਾਂਗੇ ਬੱਚਿਆਂ ਦੀ, ਫਿਰ ਇਸ ਕਰਕੇ ਮਤਲਬ ਇਹ ਵੀ ਹੈ ਵੀ ਤੁਹਾਨੂੰ ਇੱਕ ਇਹ ਵੀ ਹੈ ਵੀ ਨਾ ਤਾਂ ਤੁਸੀਂ ਹੋਰ ਕੋਈ ਟਰਾਈ ਕਰ ਸਕਦੇ ਹੋ? ਅਸੀਂ ਨਾ ਉਹ ਹੋਰ ਭਰ ਸਕਦੇ ਅਤੇ ਨਾ ਅਸੀਂ ਇਹਦੇ 'ਚ, ਸਾਨੂੰ ਪੱਕਾ ਪਤਾ ਵੀ ਅਸੀਂ ਹਾਂ ਹੈਗੇ ਹਾਂ, ਤਾਂ ਸਾਨੂੰ ਚਾਹੀਦਾ ਕਿ ਸਾਨੂੰ ਜਲਦੀ ਤੋਂ ਜਲਦੀ ਜੁਆਇਨਿੰਗ ਲੈਟਰ ਮਿਲੇ ਤਾਂ ਜੋ ਅਸੀਂ ਆਪਦੀ ਡਿਊਟੀਆਂ ਨਿਭਾਈਏ। ਖੁਸ਼ੀ ਵੀ ਹੁੰਦੀ ਹੈ ਕਿ ਇੱਕ ਤਾਂਘ ਵੀ ਹੁੰਦੀ ਹੈ ਵੀ ਛੇਤੀ ਛੇਤੀ ਅਸੀਂ ਭਰਤੀ ਹੋ ਜਾਈਏ। ਤੇ ਸਾਰੇ ਲੋਕ ਪੁੱਛਦੇ ਆ, ਹੁਣ ਉਹਨਾਂ ਨੂੰ ਵੀ ਅਸੀਂ ਕਹਿ ਦਿੰਦੇ ਆ, ਬਸ ਚੱਲੀ ਜਾਂਦਾ ਪ੍ਰੋਸੀਜਰ। ਆਂਢ ਗੁਆਂਢੀ ਪੁੱਛ ਵੀ ਤੁਹਾਡੀ ਕੁੜੀ ਤਾਂ ਹੋ ਗਈ ਸੀ ਪਰ ਬਾਹਰ ਨਹੀਂ ਨਿਕਲਦੀ, ਪੁੱਛਦੇ ਆ ਲੋਕ ਵੀ ਕਦੋਂ ਜਾਣਾ, ਹੁਣ ਅਸੀਂ ਕੀ ਕਹੀਏ ਵੀ ਕਦੋਂ ਜਾਣਾ, ਬਸ ਤਾਂ ਕਹਿ ਦਿੰਦੇ ਬਸ 15-20 ਦਿਨ ਬਸ ਮਹੀਨੇ ਲੰਘ ਜਾਂਦੇ ਆ। 15 ਅਗਸਤ ਦੀ ਆਸ ਸੀ ਕਿ ਸਾਨੂੰ 15 ਅਗਸਤ 'ਤੇ ਮਿਲ ਜੂਗੀ, ਪਰ ਉਸ 'ਤੇ ਵੀ ਸਾਨੂੰ ਨਹੀਂ ਮਿਲੀ। ਹੁਣ ਟੋਟਲ ਕਿੰਨੇ ਜਣੇ ਆ ਤੁਸੀਂ ਇੱਥੇ ਆਏ ਹੋਏ? ਅਸੀਂ 30-35 ਬੱਚੇ ਆਏ ਹੋਏ ਹਾਂ, ਅੱਧੇ ਹੈਲੀਪੈਡ ਵਾਲੇ ਸਾਈਡ ਗਏ ਹੋਏ ਆ ਬੱਚੇ ਅਤੇ ਅੱਧੇ ਇੱਥੇ ਆਏ ਹੋਏ ਆ। ਅੱਛਾ, ਉੱਥੇ ਇਹ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਉੱਥੇ ਮਿਲਾ ਦਾਂ? ਹਾਂਜੀ।
ਤੁਹਾਡੀ ਹੈਲੀਪੈਡ ਸਾਈਡ, ਪਰ ਹੁਣ ਅਸੀਂ ਇੱਥੇ ਰੁਕ ਗਏ ਕਿ ਉੱਥੇ ਪਤਾ ਨਹੀਂ ਕੁਛ ਲੱਗਦਾ। ਮਤਲਬ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਵੀ ਕਲੈਰਿਟੀ ਨਹੀਂ ਵੀ ਤੁਸੀਂ ਕੀ ਗੱਲ ਕਰਨੀ? ਨਹੀਂ ਨਹੀਂ ਤੇ ਜਦੋਂ ਹਰ ਵਾਰੀ ਤੁਹਾਨੂੰ ਤੁਹਾਡੇ ਨਾਲ ਦੇ ਬੱਚੇ ਤੁਹਾਨੂੰ ਦੱਸਦੇ ਹੋਣੇ ਵੀ ਸਾਨੂੰ ਮਿਲਾਇਆ ਨਹੀਂ, ਫਿਰ ਐਤਕੀ ਕਿਵੇਂ ਉਮੀਦ ਹੈਗੀ ਵੀ ਮਿਲਾ ਦੇਣਗੇ? ਮਿਲ ਜਾਣ ਤਾਂ ਵਧੀਆ ਜੀ, ਉਮੀਦ ਦੇ ਨਾਲ ਹੀ ਜਾਂਦੇ ਹਾਂ ਕਿ ਸਾਨੂੰ ਮਿਲਾ ਦੇਣਗੇ। ਅੱਧੇ ਜਿਹੜੇ ਬੱਚੇ ਜਾਂਦੇ ਉਹਨਾਂ ਨੂੰ ਵੀ ਉਮੀਦ ਸੀ ਕਿ ਉਹਨਾਂ ਨੂੰ ਵੀ ਮਿਲਾਣਗੇ, ਸਾਨੂੰ ਵੀ ਉਮੀਦ ਹੈ ਕਿ ਸਾਨੂੰ ਮਿਲਾਣਗੇ, ਬਾਕੀ ਸੁਣੀ ਜਾਊਗੀ ਦੇਖਦੇ ਹਾਂ ਅਸੀਂ। ਸਗੋਂ ਸਪਟੈਂਬਰ ਮੰਥ ਨਾ ਲੰਘਾਇਆ ਜਾਵੇ ਵੀ ਸਾਨੂੰ ਜਲਦੀ ਤੋਂ ਜਲਦੀ ਦੇ ਦੇਣ ਲੈਟਰ। ਸਗੋਂ ਸਰਕਾਰ ਨੇ ਤੁਹਾਡਾ ਤਾਂ ਕੰਮ ਕੀਤਾ ਹੀ ਪਿਆ, ਤੁਸੀਂ ਕਿਹੜਾ ਐਕਸਟਰਾ ਚੀਜ਼ ਮੰਗ ਰਹੇ ਹੋ? ਜੀ ਕੰਮ ਤਾਂ ਸਾਰਾ ਕੰਪਲੀਟ ਹੋਇਆ ਪਿਆ, ਮੈਡੀਕਲ ਵਗੈਰਾ ਸਭ ਹੋਇਆ ਪਿਆ, ਬਸ ਸਾਨੂੰ ਹੁਣ ਜੁਆਇਨਿੰਗ ਲੈਟਰ ਦੇ ਦੇਣ, ਬਸ ਇੰਨੇ ਹੀ ਕਹਿਣੇ ਆ ਜੀ। ਮਿਹਰਬਾਨੀ ਹੋਊਗੀ, ਮੰਨ ਲੈਣਗੇ ਤਾਂ ਗੱਲ ਸਾਡੀ। ਪ੍ਰਸ਼ਾਸਨ ਇਹਨਾਂ ਬੱਚਿਆਂ ਨੂੰ ਕਲੀਅਰਟੀ ਨਹੀਂ ਦੇ ਰਿਹਾ, ਇਸ ਲਈ ਬੱਚਿਆਂ ਦੇ ਵਿੱਚ ਕਨਫਿਊਜ਼ਨ ਹੈ। ਕਿੰਨੇ ਬੱਚੇ ਪਹੁੰਚੇ ਇੱਥੇ, ਕਿਹੜੇ ਕਿਹੜੇ ਜ਼ਿਲ੍ਹੇ 'ਚੋਂ ਹੈ? 50 ਦੇ ਕਰੀਬ ਬੱਚੇ ਪਹੁੰਚੇ ਹੋਏ ਨੇ ਜੀ, ਬਠਿੰਡਾ, ਮਾਨਸਾ, ਫਰੀਦਕੋਟ, ਸੰਗਰੂਰ, ਮੁਕਤਸਰ, ਮਲੋਟ, ਤਲਵੰਡੀ ਸਾਹਿਬ, ਡੱਬਵਾਲੀ ਦੇ ਇੱਥੋਂ ਦੇ ਨਜ਼ਦੀਕ ਦੇ ਪਹੁੰਚੇ ਹੋਏ। ਤੁਹਾਨੂੰ ਪਿਛਲੇ 2 ਮਹੀਨਿਆਂ ਤੋਂ ਤੁਸੀਂ ਮਿਲ ਰਹੇ ਹੋ, ਤੁਹਾਨੂੰ ਬਾਰ ਬਾਰ ਲਾਰਾ ਲਾ ਦਿੱਤਾ ਜਾਂਦਾ, ਕੀ ਐਤਕੀ ਹੈ ਉਮੀਦ ਵੀ ਮਿਲਿਆ ਜਾਊ? ਨਹੀਂ, ਮਿਲਣ ਦੀ ਤਾਂ ਮੁਸ਼ਕਿਲ ਹੀ ਲੱਗ ਰਿਹਾ, ਕਿਉਂਕਿ ਪਿੱਛੇ ਸਾਨੂੰ ਰੋਕ ਦਿੱਤਾ ਗਿਆ, ਮੋੜ ਦਿੱਤਾ ਗਿਆ ਕਿ ਵੀ ਭਾਈ ਮਿਲਾ ਦਿਆਂਗੇ, ਤੁਸੀਂ ਉੱਥੇ ਜਾਓ ਹੈਲੀਪੈਡ 'ਤੇ, ਉੱਥੇ ਮਿਲਾ ਦਿੱਤਾ ਜਾਵੇ। ਹੁਣ ਸਾਨੂੰ ਵਿਸ਼ਵਾਸ ਨਹੀਂ ਉੱਥੇ ਮਿਲਾਇਆ ਜਾਊ ਜਾਂ ਨਹੀਂ ਮਿਲਾਇਆ ਜਾਊ, ਉੱਥੇ ਜਾ ਕੇ ਪਤਾ ਲੱਗੂਗਾ ਸੀ ਐੱਮ ਸਾਹਿਬ ਨਾਲ। ਅਸੀਂ ਤਾਂ ਇਹੀ ਬੇਨਤੀ ਕਰਦੇ ਸੀ ਐੱਮ ਸਾਹਿਬ, ਇੱਕ ਵਾਰ ਜਾ ਕੇ ਸਾਡੀ ਗੱਲ ਤਾਂ ਸੁਣੋ, ਅਸੀਂ ਕੋਈ ਸੰਘਰਸ਼ ਨਹੀਂ ਕਰ ਰਹੇ, ਅਸੀਂ ਕੋਈ ਵਿਰੋਧ ਨਹੀਂ ਕਰ ਰਹੇ। ਸੀ ਐੱਮ ਸਾਹਿਬ ਬਹੁਤ ਵਧੀਆ ਨੌਕਰੀ ਦੇ ਰਹੇ ਨੇ, ਬਹੁਤ ਹੀ ਵਧੀਆ ਨੇ, ਬਹੁਤ ਹੀ ਵਧੀਆ ਕੰਮ ਕਰ ਰਹੇ ਨੇ, ਪਰ ਸਾਡੀ ਬੇਨਤੀ ਹੈ ਕਿ ਸਾਡੀ ਜੁਆਇਨਿੰਗ ਨੂੰ 8 ਮਹੀਨੇ ਲੇਟ ਚੱਲ ਰਹੀ ਹੈ, ਥੋੜ੍ਹਾ ਜਿਹਾ ਮਤਲਬ ਤੁਹਾਡਾ ਤਾਂ ਕੀਤਾ ਹੀ ਪਿਆ ਕੰਮ, ਉਹਨੂੰ ਬਸ ਥੋੜ੍ਹਾ ਜਿਹਾ। ਹਾਂ, ਜਿਵੇਂ ਆਪਾਂ ਗਿਣਤੀ ਦਿਖਾ ਰਹੇ ਹਾਂ ਵੀ 45,000 46,000 ਹੋ ਗਈ, ਅਤੇ ਉਸ ਤਰ੍ਹਾਂ ਇਹਦੇ ਉੱਤੇ ਵੀ ਮਾੜਾ ਧਿਆਨ ਦਿੱਤਾ ਵੀ ਗਿਣਤੀ ਨਾਲ ਕੰਮ। ਤੁਸੀਂ ਉਸੇ ਗਿਣਤੀ ਦੇ ਵਿੱਚ ਤਾਂ ਹੈਗੇ ਹੋ? ਗਿਣਤੀ ਤਾਂ ਜਨਵਰੀ 2023 ਦੀ ਸੀ ਐੱਮ ਸਾਹਿਬ ਨੇ ਬੋਲ ਦਿੱਤੀ, ਪਰ ਹਜੇ ਭਰਤੀ ਹੋਏ ਨਹੀਂ, ਅਸੀਂ ਤਾਂ ਇੱਥੇ ਬੇਰੁਜ਼ਗਾਰ ਤੁਰੇ ਫਿਰਦੇ ਹਾਂਗੇ। ਦਿਮਾਗੀ ਤੌਰ 'ਤੇ ਟੈਨਸ਼ਨ ਆ ਬੱਚਿਆਂ ਦੇ, ਤੁਸੀਂ ਦੇਖੋ ਕਿੰਨੀਆਂ ਬੱਚੀਆਂ ਵੀ ਆਈਆਂ, ਕੁੜੀਆਂ ਪਹਿਲੀ ਵਾਰ ਦੇਖਿਆ ਗਿਆ ਇੰਨੀਆਂ ਕੁੜੀਆਂ ਆਈਆਂ ਗਈਆਂ ਸੀ ਜੀ। ਜਦੋਂ ਇਹਦੇ 'ਚ ਇਹ ਵੀ ਹੈ, ਜਦੋਂ ਪ੍ਰਸ਼ਾਸਨ ਬਾਰ ਬਾਰ ਨਹੀਂ ਮਿਲਾਉਂਦਾ, ਤੁਹਾਡਾ ਭਰੋਸਾ ਵੀ ਉੱਠ ਜਾਂਦਾ, ਫਿਰ ਕਿਤੇ ਨਾ ਕਿਤੇ ਨਿਰਾਸ਼ਾ ਵੀ ਹੁੰਦੀ ਹੈ? ਨਿਰਾਸ਼ਾ ਬਹੁਤ ਹੁੰਦੀ ਹੈ ਜੀ, ਮਾਂ ਬਾਪ ਪਿੰਡ ਵਾਲੇ ਵੀ ਪੁੱਛਦੇ ਤੁਸੀਂ ਕਦੋਂ ਜਾਣਾ ਹੈਗਾ, ਕਦੋਂ ਜਾਣਾ। ਦਿਮਾਗੀ ਤੌਰ 'ਤੇ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਪਾ ਰਹੇ ਵੀ ਅਸੀਂ ਭਰਤੀ ਹੋ ਗਏ, ਜਾਂ ਕਿਸੇ ਗੱਲ ਸਾਨੂੰ ਕੱਢ ਦਿੱਤਾ ਗਿਆ, ਅਤੇ ਉਹ ਪੁੱਛਦੇ ਨੇ ਫਿਰ ਸਰਕਾਰਾਂ ਦੇ ਉੱਤੇ ਵੀ ਸਵਾਲ ਉੱਠਦੇ ਨੇ। ਅਸੀਂ ਖੁਦ ਇਸ ਸਰਕਾਰ ਦੇ ਇੱਕ ਵਰਕਰ ਦੇ ਤੌਰ 'ਤੇ ਕੰਮ ਕੀਤਾ ਹੋਇਆ ਹੈ ਵੀ ਕੋਈ ਇਹਦੇ ਵਿੱਚ ਪੈਸਾ ਨਹੀਂ ਲੈ ਰਿਹਾ, ਕੁਛ ਵੀ ਨਹੀਂ ਕਰ ਰਿਹਾ, ਪਰ ਇਹ ਕਿ ਲੇਟ ਕਰ ਰਹੀ ਹੈ ਸਰਕਾਰ। ਅਸੀਂ ਤਾਂ ਬੇਨਤੀ ਇਹੀ ਕਰ, ਸਰਕਾਰੀ ਕੰਮ ਥੋੜ੍ਹੇ ਜਿਹੇ ਹੁੰਦੇ ਵੀ ਸਲੋ ਹੈ, ਲੇਟ ਹੋ ਜਾਂਦਾ। ਲੇਟ ਤਾਂ ਹੋ ਜਾਂਦੇ, ਪਰ ਹੋਰ ਕਿ 8 ਮਹੀਨੇ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਗਿਆ ਸੀ ਵੀ ਦਸੰਬਰ ਦੇ ਵਿੱਚ ਕਰਵਾ ਲਾਂਗੇ ਭਰਤੀ, ਅਤੇ ਹੁਣ ਦਸੰਬਰ ਦੂਸਰਾ ਆਉਣ ਵਾਲਾ, ਇੱਕ ਸਾਲ ਵੀ ਉੱਤੋਂ ਦੀ ਕ੍ਰੋਸ ਹੋ ਚੁੱਕਿਆ ਹੈਗਾ, ਅਤੇ ਇਹਦੇ ਉੱਤੇ ਥੋੜ੍ਹਾ ਧਿਆਨ ਦੇਣ ਪਲੀਜ਼।